ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ। ਆ ਮੇਰੇ ਹੱਥ ਦੇ ਵਿੱਚ ਕਣਕ ਦਾ ਬੂਟਾ ਜੀ, ਇਹਦੇ ਬਾਰੇ ਅੱਜ ਪੋਤੜੇ ਫਰੋਲਾਂਗੇ ਵੀ ਇਹਦੇ 'ਚ ਹੁੰਦਾ ਕੀ ਹੈ, ਅਤੇ ਜਿਹੜੀ ਤੁਸੀਂ ਯੂਰੀਆ ਪਾਉਣੀ ਆ ਜਾਂ ਪਹਿਲਾਂ ਪਾਣੀ ਲਾਉਣਾ ਉਹ ਬੂਟੇ ਨੂੰ ਪੱਟ ਕੇ ਦੇਖਿਓ ਅਤੇ ਕਦੋਂ ਲਾਉਣਾ ਕੀ ਹਿਸਾਬ ਕਿਤਾਬ ਹੈ, ਉਹ ਤੁਹਾਨੂੰ ਇੱਕ ਨਿੱਕੀ ਜਿਹੀ ਵੀਡੀਓ ਦੇ ਵਿੱਚ ਦੱਸ ਦੂੰਗਾ। ਵੈਸੇ ਤਾਂ ਇਹ ਤਰੀਕਾ ਜਿਹੜਾ ਇਹ ਸਾਇੰਸ ਵੀ ਲਾ ਸਕਦੇ ਹੋ ਤੁਸੀਂ, ਇਹਦੇ ਪਿੱਛੇ ਸਾਇੰਸ ਵੀ ਆ। ਜੇ ਸਾਇੰਸ ਨਹੀਂ ਲਾਉਣੀ ਤਾਂ ਆਪਣੇ ਪੁਰਾਣੇ ਪਿਤਾ ਪੁਰਖਿਆਂ ਦੇ ਨਿਸ਼ਾਨੀ ਲਾ ਲਓ, ਠੀਕ ਹੈ। ਆ ਜਾਓ ਫਿਰ, ਆ ਬੂਟਾ ਮੇਰੇ ਹੱਥ ਦੇ ਵਿੱਚ ਪੱਟਿਆ ਹੋਇਆ ਵੀਰੇ। ਇਹ ਕਣਕ ਦੇ ਬੂਟੇ ਨੂੰ 22-23 ਦਿਨ ਹੋ ਗਏ, ਯਾਨੀ 22-23 ਦਿਨਾਂ ਦਾ ਬੂਟਾ ਇਹ। ਇਹਦੇ ਵਿੱਚ ਜਦੋਂ ਆਪਾਂ ਬੀਜ ਬੀਜਦੇ ਹਾਂ ਨਾ, ਆ ਇੰਨਾ ਡੂੰਘਾ ਬੀਜਦੇ ਹਾਂ, ਆਹ ਥੱਲੇ ਤੁਸੀਂ ਦੇਖ ਰਹੇ ਹੋਗੇ, ਠੀਕ ਹੈ। ਆਹ ਬੀਜ ਸੀ, ਬੀਜ ਦੇ ਉੱਤੋਂ ਆਹ 2-2.5 ਇੰਚ ਗਿਆ ਉੱਤੇ, ਅਤੇ ਇੱਥੇ ਜਾ ਕੇ ਇਹ ਜ਼ਮੀਨ ਦੇ ਉਤਲੀ ਤਹਿ 'ਤੇ ਸੀ ਜਮ੍ਹਾਂ। ਇੱਥੋਂ ਜਾ ਕੇ ਇਹਨੇ ਨਵੀਂ ਫਟਾਰ ਕਰਨ ਲੱਗ ਜਾਣੀ ਆ ਬਾਈ। ਨਵੀਂ ਫਟਾਰ ਦਾ ਭਾਵ ਕੀ ਹੈ, ਇੱਥੋਂ ਜਾ ਕੇ ਇਹਦੇ ਰੂਟ ਬਣਨ ਲੱਗ ਜਾਣਗੇ, ਇਹਦੇ ਤਾਜ ਬਣ ਪੈ ਜੂ ਸਿਰ 'ਤੇ। ਇਹਨੂੰ ਕਰਾਊਨ ਕਹਿ ਦਿੰਦੇ ਆਪਾਂ ਪੰਜਾਬੀ ਦੇ ਵਿੱਚ, ਜੇ ਗੱਲ ਕਰੀਏ ਤਾਂ ਤਾਜ ਕਹਿ ਦਿੰਦੇ ਇਹਨੂੰ। ਜਦੋਂ ਤੁਹਾਡੇ ਕੋਲ ਇਹ ਬਣਨ ਲੱਗ ਜੇ, 1 ਜਾਂ 2 ਜਾਂ 3 ਜਾਂ 4 ਸਿਖਾਵਾਂ ਇੱਥੇ ਹੋ ਜਾਣ, ਇਹਦੀਆਂ ਲੱਤਾਂ ਜੀਆਂ ਇੰਨੀਆਂ ਹੋ ਜਾਣ, ਤਾਂ ਉਦੋਂ ਹਿਸਾਬ ਲਾ ਲਓ ਵੀ ਪਾਣੀ ਲਾਉਣ ਵਾਲੀ ਕਣਕ ਹੋ ਗਈ ਅਤੇ ਇਹਨੂੰ ਖੁਰਾਕ ਹੁਣ ਮੰਗਦੀ ਆ। ਪਹਿਲੀ ਗੱਲ ਤਾਂ ਇਹਦੇ 'ਤੇ ਜੇ ਤੁਸੀਂ ਕੋਰ ਦੇ ਉੱਤੇ ਇਕੱਲੀ ਮੈਗਨੀਜ਼ ਦੀ, ਜਿਹਨੂੰ ਪੰਜਾਬੀ ਦੇ ਵਿੱਚ ਆਪਾਂ ਮੈਗਜ਼ੀਨ ਕਹਿ ਦਿੰਦੇ ਹਾਂ, ਉਹਦੀ ਸਪਰੇਅ ਕਰ ਦੋਗੇ ਤਾਂ ਬੜੀ ਵਧੀਆ ਗੱਲ ਆ। ਨਾਲ ਤੁਸੀਂ 1-2 ਕਿਲੋ ਯੂਰੀਆ ਪਾ ਲਿਓ, ਐਂ ਨਹੀਂ ਹੈਗਾ ਵੀ ਸਾਰੀ 'ਤੇ ਕਰੋ ਮੇਰੇ ਮਗਰ ਲੱਗ ਕੇ, ਪਰ 2-3 ਕਿੱਲਿਆਂ 'ਤੇ ਟਰਾਇਲ ਕਰ ਲਿਓ, ਬਹੁਤ ਵਧੀਆ ਰਿਜ਼ਲਟ ਮਿਲੂਗਾ ਤੁਹਾਨੂੰ। ਬਾਕੀ ਹੋਰ ਬਹੁਤ ਯੂਟਿਊਬਰ ਵੀ ਬੋਲੀ ਜਾਂਦੇ ਨੇ, ਉਹਨਾਂ ਨੂੰ ਵੀ ਤੁਸੀਂ ਸੁਣ ਸਕਦੇ ਹੋ, ਠੀਕ ਹੈ। ਪਰ ਆਪਾਂ ਤਾਂ ਵੀਰੇ ਜੋ ਕਰਦੇ ਹਾਂ ਹੈ ਨਾ, ਉਹੀ ਤੁਹਾਨੂੰ ਦੱਸਦੇ ਹਾਂ। ਸ਼੍ਰੀ ਨਾਮ ਦੀ ਲੈ ਲਿਓ, ਕੋਰੋਮੰਡਲ ਦੀ ਲੈ ਲਿਓ, ਜਿਹਦੀ ਮਰਜ਼ੀ ਲੈ ਲਿਓ, ਇਹ ਸਪਰੇਅ ਲੈ ਲੈਣੀ ਹੈ ਵੀਰੇ। ਜੇ ਤਾਂ ਤੁਸੀਂ 100 ਲੀਟਰ ਪਾਣੀ ਲਾ ਰਹੇ ਹੋ ਤਾਂ 1/2 ਕਿਲੋ, ਜੇ 200 ਲੀਟਰ ਪਾਣੀ ਲਾਉਣਾ ਤਾਂ 1 ਕਿਲੋ ਯੂਰੀਆ ਜਿਹੜੀ ਪਾਉਣੀ ਆ ਉਹ 1-2 ਕਿਲੋ ਪਾ ਕੇ ਸਪਰੇਅ ਕਰ ਦਿਓ, ਓਕੇ। ਜੇ ਤੁਸੀਂ ਸਪਰੇਅ ਨਹੀਂ ਕਰਨੀ ਤਾਂ ਜਿਹੜਾ ਪਾਣੀ ਲਾਉਣਾ ਜਦੋਂ ਆਹ ਸਿਚੁਏਸ਼ਨ 'ਤੇ ਹੋਊਗੀ, ਜੇ ਤਾਂ ਤੁਸੀਂ ਪਰੈਕਸਾਸਲਫੋਨ ਕੀਤੀ ਹੈ ਫਿਰ ਤਾਂ 1-2 ਦਿਨ ਚੁੱਪ ਕਰਕੇ ਪਾਣੀ ਲਾ ਦਿਓ, ਨਹੀਂ ਤਾਂ ਤੁਸੀਂ 98-99 ਦਿਨ ਪਾਣੀ ਲਾਓ। ਅਤੇ ਜਿਹੜਾ ਯੂਰੀਆ ਪਾਉਣਾ ਉਹ 1 ਗੱਟਾ ਪਾਉਣਾ ਪੂਰਾ, ਐਂ ਨਹੀਂ ਹੈਗਾ ਵੀ 1/2 ਗੱਟਾ ਪਾ ਦਿਓ ਜਾਂ 1.5 ਗੱਟਾ ਪਾ ਦਿਓ, ਨਾ 1 ਗੱਟਾ ਹੀ ਪਾਉਣਾ ਪੂਰਾ 45 ਕਿਲੋ ਦਾ, ਠੀਕ ਹੈ। ਅਤੇ ਉਹ ਗੱਟੇ ਦੇ ਵਿੱਚ ਕੁਛ ਪਾਉਣ ਦੀ ਲੋੜ ਨਹੀਂ, ਜੇ ਤੁਸੀਂ ਪਾਉਣਾ ਤਾਂ ਪਾ ਸਕਦੇ ਹੋ, ਫਜ਼ੂਲ ਖਰਚਾ ਕਰਨਾ ਤਾਂ ਕਰ ਸਕਦੇ ਹੋ, ਜਿੰਕ ਵੀ ਪਾ ਸਕਦੇ ਹੋ ਜੀ, ਸਲਫਰ ਵੀ ਪਾ ਸਕਦੇ ਹੋ, ਤਾਂ ਪਰ ਉਹਦੀਆਂ ਜੇ ਸਪਰੇਆਂ ਕਰੋਗੇ ਤਾਂ ਤੁਹਾਨੂੰ ਜ਼ਿਆਦਾ ਬੈਨੀਫਿਟ ਹੋਊਗਾ। ਬਾਕੀ ਆਪਦਾ ਜ਼ਮੀਨ ਦਾ ਹਿਸਾਬ ਦੇਖਿਆ ਕਰੋ, ਕਿਸੇ ਦੇ ਮਗਰ ਨਾ ਲੱਗਿਆ ਕਰੋ, ਹੈ ਨਾ। ਜ਼ਮੀਨ ਦਾ ਭਾਵ ਜੇ ਤਾਂ ਤੁਹਾਡੇ ਕੋਲ ਹਲਕੀ ਜ਼ਮੀਨ ਆ ਵੀਰੇ, ਫਿਰ ਤਾਂ ਤੁਸੀਂ ਸਾਰਾ ਕੁਛ ਹੀ ਪਾਓ। ਜੇ ਤੁਹਾਡੇ ਕੋਲ ਮੀਡੀਅਮ ਜੀ, ਜਿਵੇਂ ਪੰਜਾਬ ਦੇ ਵਿੱਚ 70% ਏਰੀਆ ਦੇ ਵਿੱਚ ਮੀਡੀਅਮ ਜੀ ਜ਼ਮੀਨ ਆ, ਤਾਂ ਤੁਹਾਨੂੰ ਯੂਰੀਆ ਪਾ ਦਿਓ ਬਸ ਇਕੱਲੀ। ਅਤੇ ਯੂਰੀਆ ਜਿਹੜੀ ਪਾਉਣ ਦੀ ਆ ਉਹ ਵੀ ਅਲੱਗ ਅਲੱਗ ਪ੍ਰੋਸੈਸ ਹੁੰਦਾ, ਯਾਨੀ ਯੂਰੀਆ ਤੋਂ ਅਮੋਨੀਆ ਬਣਦਾ। ਜਦੋਂ ਅਮੋਨੀਆ ਆਹ ਬੂਟੇ ਨੇ ਲੈਣਾ ਸਾਰੇ ਨੇ, ਹੈ ਨਾ, ਜਿਹੜਾ ਅਮੋਨੀਆ ਲੈਣਾ ਉਹ ਲਗਭਗ 2-4 ਦਿਨਾਂ ਦੇ ਵਿੱਚ ਲੈ ਲੈਣਾ ਉਹਨੇ, ਠੀਕ ਹੈ। 2-4 ਦਿਨਾਂ ਦੇ ਵਿੱਚ, 2-4 ਦਿਨਾਂ ਦੇ ਵਿੱਚ ਵੀ ਹੁਣ ਟਾਈਮਿੰਗ ਆ। ਹੁਣ ਕਈ ਕਹਿ ਦਿੰਦੇ 5 ਦਿਨ ਪਹਿਲਾਂ ਯੂਰੀਆ ਪਾ ਦਿਓ ਜੀ, ਉਹ ਖੇਤ ਦੇਖਿਆ ਕਰੋ, ਬਿਨਾਂ ਜ਼ਮੀਨ ਦਾ ਤੁਹਾਡਾ ਪੀਐਚ ਜ਼ਿਆਦਾ, 19 ਛੇਤੀ ਜਿਹੜਾ ਤੁਹਾਡੇ ਕੋਲ ਯੂਰੀਆ ਜਿਹੜੀ ਉਹ ਅਮੋਨੀਆ ਦੇ ਵਿੱਚ ਕਨਵਰਟ ਹੋਊਗੀ, ਤਾਂ ਉੱਥੇ ਦੂਜੇ ਦਿਨ ਹੀ ਕੰਮ ਸ਼ੁਰੂ ਹੋ ਜਾਊਗਾ। ਜੇ ਪੀਐਚ ਤੁਹਾਡੇ ਜ਼ਮੀਨ ਦੀ ਘੱਟ ਹੈ ਤਾਂ ਤੁਹਾਡੇ ਕੋਲ ਪ੍ਰੋਸੈਸ ਜਿਹੜਾ ਉਹ 4th ਦਿਨ ਤੱਕ ਵੀ ਜਾ ਸਕਦਾ, ਠੀਕ ਹੈ। ਤਾਂ ਪੀਐਚ ਦੇਖ ਕੇ ਯੂਰੀਆ ਪਾਓ ਵੀਰੇ। ਜਿਹੜੀ ਰੇਤਲੇ ਵਾਹਨ ਨੇ ਉਹ ਤੁਸੀਂ ਕੋਸ਼ਿਸ਼ ਕਰੋ ਵੀ ਪਹਿਲਾਂ ਪਾਣੀ ਲਾ ਕੇ ਉਦੋਂ ਬਾਅਦ ਯੂਰੀਆ ਪਾਓ, ਜਿਹੜੀ ਮੇਨ ਗੱਲ ਆ। ਜਿਹੜੇ ਮੀਡੀਅਮ ਜੇ ਵਾਹਨ ਨੇ ਜਾਂ ਡਾਕਰ ਵਾਹਨ ਨੇ ਉਹ ਤੁਸੀਂ ਚਾਹੇ ਤੁਰਤ ਵੀ ਪਾ ਲਓ ਫਿਰ ਵੀ ਠੀਕ ਆ, ਹੈ ਨਾ। ਜੇ ਤੁਸੀਂ ਬਾਕੀ ਪੀਐਚ ਦਾ ਵੈਲਿਊ ਹੁੰਦਾ, ਟੈਂਪਰੇਚਰ ਦਾ ਬਹੁਤ ਮੇਨ ਮਹੱਤਤਾ,
ਜਿਵੇਂ ਜਿਵੇਂ ਟੈਂਪਰੇਚਰ ਤੁਹਾਡਾ ਅੱਗੇ ਜਾ ਕੇ ਘਟੀ ਜਾਊਗਾ, ਉਵੇਂ ਉਵੇਂ ਟਾਈਮ ਹੈ ਜਿਹੜਾ ਉਹ ਯੂਰੀਆ ਕਣ ਬਦਲਣ 'ਚ ਵਧੀ ਜਾਊਗਾ। ਉਸ ਤੋਂ ਬਾਅਦ ਨਮੀ ਬਹੁਤ ਮੈਟਰ ਕਰਦੀ ਹੈ, ਜੇ ਨਮੀ ਜ਼ਿਆਦਾ ਹੋਊਗੀ ਤਾਂ ਹਾਈਡਰੋਲਿਸਿਸ ਜ਼ਿਆਦਾ ਹੋਊਗੀ ਛੇਤੀ। ਠੀਕ ਹੈ, ਦੋ ਤਿੰਨ ਚਾਰ ਫੈਕਟਰ ਜੇ ਹੁੰਦੇ ਨੇ ਮੇਨ, ਇਹਨਾਂ ਨੂੰ ਦੇਖ ਕੇ ਜਿਹੜਾ ਤੁਸੀਂ ਯੂਰੀਆ ਪਾਓ, ਅਤੇ ਬਾਕੀ ਕਿਸੇ ਦੇ ਮਗਰ ਲੱਗਣ ਦੀ ਲੋੜ ਨਹੀਂ, ਗੱਟਾ ਗੱਟਾ ਠੋਕੋ। ਠੀਕ ਹੈ, ਤਿੰਨ ਗੱਟੇ ਘੱਟੋ ਘੱਟ ਪਾਓ ਵੀਰੇ ਯੂਰੀਆ, ਕਿਉਂਕਿ ਆਪਣੀ ਜ਼ਮੀਨਾਂ ਨੂੰ ਲੱਗੀ ਹੋਈ ਆ ਪਹਿਲਾਂ ਹੀ। ਜੇ ਹੁਣ ਇੱਕੋ ਦਮ ਘਟਾ ਦੋਗੇ ਤਾਂ ਉਹਦਾ ਕੋਈ ਬਾਹਲਾ ਬੈਨੀਫਿਟ ਨਹੀਂ ਹੈਗਾ। ਯੂਰੀਆ ਜਿੰਨੀ ਮੰਗਦੀ ਆ ਕਣਕ ਉਨੀ ਟਾਈਮ 'ਤੇ ਦਿਓ, 45 ਤੋਂ 50 ਦਿਨਾਂ ਦੇ ਵਿੱਚ ਯੂਰੀਆ ਜਿਹੜੀ ਪੂਰੀ ਕਰ ਦਿਓ ਤੁਸੀਂ। ਠੀਕ ਹੈ, ਅਤੇ ਬਾਕੀ ਮੈਨੂੰ ਕਮੈਂਟ ਜ਼ਰੂਰ ਕਰਿਓ ਬਈ ਯੂਰੀਆ ਕਿੰਨੀ ਪਾਉਣੇ ਹੋ ਤੁਸੀਂ। ਠੀਕ ਹੈ, ਸਪਰੇਹਾਂ ਦੀ ਗੱਲ ਕਰੀਏ, ਜਿੰਕ ਦੀ ਵੀ ਕਰ ਦਿਓ, ਉਸ ਤੋਂ ਬਾਅਦ 33% ਵਾਲੀ ਦੀ ਕਰ ਦਿਓ, ਚਾਹੇ 21 ਦੀ ਕਰ ਦਿਓ, ਉਹ ਪ੍ਰੋਪਰ ਮੈਂ ਜਿਵੇਂ ਜਿਵੇਂ ਵੀਡੀਓ ਪਾਊਂਗਾ, ਜਿਵੇਂ ਜਿਵੇਂ ਆਪਦੇ ਖੇਤ ਦੇ ਵਿੱਚ ਸਪਰੇ ਕਰੂੰਗਾ। ਪਾਣੀ ਜਿਹੜਾ ਲਾਉਣਾ ਸ਼ੁਰੂ ਕਰਾਂਗੇ ਉਹ ਹਜੇ ਆਪਾਂ ਦਸੰਬਰ ਦੇ ਮਹੀਨੇ, ਯਾਨੀ 2 ਜਾਂ 3 ਤਰੀਕ ਨੂੰ ਸ਼ੁਰੂ ਕਰਾਂਗੇ, ਜਿੱਥੇ ਬਾਇਰ ਦੀ ਮੋਮੀ ਜੀ ਵੀ ਕਰੀ ਹੈ ਅਤੇ PI ਦੀ ਵਕੀਰਾ ਵੀ ਕਰੀ ਹੈ, ਦੋਨਾਂ ਦਾ ਟੈਕਨੀਕਲ ਪੈਰੋਕਸਾ ਸਲਫੋਨ 85% WG ਹੈ, ਉੱਥੇ 22ਵੇਂ 23ਵੇਂ ਦਿਨ ਪਾਣੀ ਲਾ ਦਾਂਗੇ ਆਪਾਂ। ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ, ਥੈਂਕ ਯੂ ਸੋ ਮੱਚ।